ਇਹ ਕਾਂਗਰਸੀ ਅਤੇ ਅਕਾਲੀ ਇਹਨਾਂ ਦੀ ਵਿੱਚੋਂ ਵਿੱਚ ਸਾਂਝ ਪਿਆਲੀ। 2017 'ਚ ਆਮ ਆਦਮੀ ਪਾਰਟੀ ਵੀ ਵੇਖੀ ਜਿਹਨੇ ਕੀਤੀ ਪੰਜਾਬ ਦੀ ਅਣਦੇਖੀ। ਹੁਣ ਸਰਦਾਰ ਗੁਰਨਾਮ ਸਿੰਘ ਚਰੂਨੀ ਨੇ ਦਿੱਤੀ ਆਵਾਜ਼, ਇਕੱਠਾ ਹੋ ਜੇ ਇੱਕ ਵਾਰੀ ਸਾਰਾ ਪੰਜਾਬ, ਜੇ ਤੁਸੀਂ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਰੱਖਦੇ ਜੇ ਖਾਬ, ਤੁਹਾਨੂੰ ਲੈ ਕੇ ਆਉਣਾ ਪਏਗਾ ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ ਦੇ ਨਾਲ ਜੁੜੋ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਵਿੱਚ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਂਗਰਸੀ ਅਤੇ ਅਕਾਲੀ ਇਹਨਾਂ ਦੀ ਵਿੱਚੋਂ ਵਿੱਚ ਸਾਂਝ ਪਿਆਲੀ। 2017 'ਚ ਆਮ ਆਦਮੀ ਪਾਰਟੀ ਵੀ ਵੇਖੀ ਜਿਹਨੇ ਕੀਤੀ ਪੰਜਾਬ ਦੀ ਅਣਦੇਖੀ। ਹੁਣ ਸਰਦਾਰ ਗੁਰਨਾਮ ਸਿੰਘ ਚਰੂਨੀ ਨੇ ਦਿੱਤੀ ਆਵਾਜ਼, ਇਕੱਠਾ ਹੋ ਜੇ ਇੱਕ ਵਾਰੀ ਸਾਰਾ ਪੰਜਾਬ, ਜੇ ਤੁਸੀਂ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਰੱਖਦੇ ਜੇ ਖਾਬ, ਤੁਹਾਨੂੰ ਲੈ ਕੇ ਆਉਣਾ ਪਏਗਾ ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ ਦੇ ਨਾਲ ਜੁੜੋ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਵਿੱਚ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਂਗਰਸੀ ਅਤੇ ਅਕਾਲੀ ਇਹਨਾਂ ਦੀ ਵਿੱਚੋਂ ਵਿੱਚ ਸਾਂਝ ਪਿਆਲੀ। 2017 'ਚ ਆਮ ਆਦਮੀ ਪਾਰਟੀ ਵੀ ਵੇਖੀ ਜਿਹਨੇ ਕੀਤੀ ਪੰਜਾਬ ਦੀ ਅਣਦੇਖੀ। ਹੁਣ ਸਰਦਾਰ ਗੁਰਨਾਮ ਸਿੰਘ ਚਰੂਨੀ ਨੇ ਦਿੱਤੀ ਆਵਾਜ਼, ਇਕੱਠਾ ਹੋ ਜੇ ਇੱਕ ਵਾਰੀ ਸਾਰਾ ਪੰਜਾਬ, ਜੇ ਤੁਸੀਂ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਰੱਖਦੇ ਜੇ ਖਾਬ, ਤੁਹਾਨੂੰ ਲੈ ਕੇ ਆਉਣਾ ਪਏਗਾ ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ, ਮਿਸ਼ਨ 2022 ਪੰਜਾਬ ਦੇ ਨਾਲ ਜੁੜੋ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਵਿੱਚ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।